ਇਹ ਜੋ ਲੜਕੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇੱਕ ਤੈਰਾ ਕੌਮੀ ਖਿਡਾਰਨ 22 ਸਾਲਾਂ ਮਨਲੀਨ ਕੌਰ ਦੀਆਂ ਹਨ ਜਿਸ ਦਾ ਡਾਕਟਰ ਦੀ ਲਾਪਰਵਾਹੀ ਕਾਰਨ ਹਸਪਤਾਲ ਵਿੱਚ ਇਲਾਜ ਚੱਲਦੇ ਸਮੇਂ ਮੌਤ ਹੋ ਗਈ। ਜਾਣਕਾਰੀ ਮੁਤਾਬਕ 22 ਸਾਲਾਂ ਮਨਲੀਨ ਪਟਿਆਲਾ ਦੇ ਆਨੰਦ ਨਗਰ ਦੀ ਵਸਨੀਕ ਹੈ ਅਤੇ ਉਸ ਦੇ ਪੇਟ ਵਿੱਚ ਮਾਮੂਲੀ ਜਿਹਾ ਦਰਦ ਹੋਣ ਦੀ ਸ਼ਿਕਾਇਤ ਸੀ ਜਿਸ ਕਾਰਨ ਉਹਨਾਂ ਦਾ ਪਰਿਵਾਰ ਉਸ ਨੂੰ ਪਟਿਆਲਾ ਵਿਖੇ ਸਹਾਰਾ ਹਸਪਤਾਲ ਵਿੱਚ ਲੈ ਆਇਆ। ਉੱਥੇ ਡਾਕਟਰਾਂ ਦੁਆਰਾ ਐਨਸਥੀਸੀਆ ਦਾ ਟੀਕਾ ਲਗਾਉਣ ਮਗਰੋਂ ਉਹ ਬੇਹੋਸ਼ ਹੋ ਗਈ ਜਿਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਮਨਲੀਨ ਕੌਰ ਨਾਂ ਸੀ, ਬੀ ਬੀ ਏ ਕਰਦੀ ਆਪਣੇ ਕਰ ਰਹੀ ਸੀਗੀ ਮਨਿੰਦਰਾ ਕਾਲਜ। ਉਹਨਾਂ ਦੀ ਜੀ ਰਾਈਟ ਓਵਰੀ ਦੇ ਵਿੱਚ ਆਪਣੀ ਸਿਸਟ ਸੀ ਅਤੇ ਉਹ ਅਸੀਂ ਓਪਰੇਟ ਕਰਾਈ ਅਤੇ ਉਸ ਤੋਂ ਬਾਅਦ ਜਦੋਂ ਓਪਰੇਸ਼ਨ ਥੀਏਟਰ 'ਚ ਬਾਹਰ ਆਈ ਤਾਂ ਸਾਨੂੰ ਪਤਾ ਕੀ ਹੋਇਆ ਅੰਦਰ ਕੀ ਨਹੀਂ ਹੋਇਆ। ਅਸੀਂ ਬੇਹੋਸ਼ੀ ਦੀ ਹਾਲਾਤ 'ਚ ਅਸੀਂ ਅੰਦਰੋਂ ਲੈ ਕੇ ਆਏ ਜਿਵੇਂ ਦੂਸਰੀ ਤਰਫ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਡਾਕਟਰਾਂ ਖਿਲਾਫ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਾਦਰ ਦੇ ਬਿਆਨ ਤੇ ਲਿਖ ਕੇ ਪੋਸਟਮਾਰਟਮ ਕਰਾਇਆ ਗਿਆ, ਉਹ ਡਾਕਟਰਾਂ ਦੇ ਬੋਰਡ ਬਣਾਇਆ, ਉਹਦੇ ਹਜੇ 174 ਦੀ ਕਾਰਵਾਈ ਕੀਤੀ ਆ। ਜੋ ਮੈਡੀਕਲ ਰੂਲ ਮੁਤਾਬਕ ਉਹਨਾਂ ਦਾ ਬੋਰਡ ਬਣ ਕੇ ਜੋ ਸਾਡੇ ਕੋਲ ਰਿਪੋਰਟ ਆਊਗੀ ਉਦੋਂ ਬਾਅਦ ਅਗਲੀ ਕਾਰਵਾਈ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਿਵਾਰ ਦੇ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਸਜ਼ਾ ਦੀ ਅਤੇ ਇਨਸਾਫ ਦੀ ਮੰਗ ਦੀ ਗੱਲ ਕੀਤੀ ਹੈ। 19 ਸਾਲਾਂ ਮਨਲੀਨ ਕੌਰ ਜੋ ਤੈਰਾਕੀ ਦੀ ਖਿਡਾਰਨ ਸੀ ਜੋ ਕਿ ਲੰਬੇ ਸਮੇਂ ਤੋਂ ਪਾਣੀ ਨਾਲ ਜੂਝਦੀ ਜਿਹੜੀ ਅੱਜ ਆਪਣੇ ਪਰਿਵਾਰ ਅਤੇ ਖਿਡਾਰੀਆਂ ਜਿਹੜੀਆਂ ਅਲਵਿਦਾ ਕਹਿ ਚੁੱਕੀ ਹੈ, ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ। ਤੁਸੀਂ ਦੇਖ ਸਕਦੇ ਹੋ ਸਿਰਫ ਉਹਨਾਂ ਦੇ ਕੋਲ ਜਿਹੜੇ ਪਰਿਵਾਰ ਦੇ ਕੋਲ ਇੱਕ ਯਾਦਾਂ ਰਹਿ ਚੁੱਕੀਆਂ ਨੇ। ਤੁਸੀਂ ਆਹ ਤਸਵੀਰਾਂ ਦੇਖ ਸਕਦੇ ਹੋ, ਇੱਕ ਮੈਡਲ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪਰਿਵਾਰ ਦੇ ਕੋਲ ਜਿਹੜਾ ਉਹਨਾਂ ਕੋਲ ਇੱਕ ਤਸਵੀਰਾਂ ਜਿਹੜੀਆਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਰਹਿ ਚੁੱਕੀਆਂ ਨੇ। ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ, ਮਾਤਾ ਪਿਤਾ ਮੌਜੂਦ ਨੇ, ਰਿਸ਼ਤੇਦਾਰ ਮੌਜੂਦ ਨੇ। ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ ਕੀ ਹੋਇਆ ਸੀ ਜਿਹੜਾ ਮਨਲੀਨ ਕੌਰ ਨੂੰ ਜੇ ਕਿਸ ਤਰ੍ਹਾਂ ਜਿਹੜਾ ਦੁਨੀਆ ਨੂੰ ਛੱਡ ਕੇ ਜਿਹੜਾ ਪਰਿਵਾਰ ਨੂੰ ਛੱਡ ਕੇ ਜਿਹੜਾ ਖਿਡਾਰੀਆਂ ਛੱਡ ਕੇ ਜਿਹੜੀ ਹੈ ਉਹ ਅਲਵਿਦਾ ਕਹਿ ਚੁੱਕੇ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਨਾਮ ਰੋਸ਼ਨ ਕਰਨਾ ਸੀ। ਆਓ ਗੱਲਬਾਤ ਕਰਦੇ ਹਾਂ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਫਾਦਰ ਸਾਹਿਬ ਦੇ ਨਾਲ। ਕੀ ਕਹਿਣਾ ਚਾਹੁੰਦੇ, ਕਿਸ ਤਰ੍ਹਾਂ ਹੋਇਆ ਇਹਨਾਂ ਦੀ ਮੌਤ ਹੋ ਚੁੱਕੀ ਹੈ, ਕੀ ਕਾਰਨ ਸੀ? ਇਹਦਾ ਜੀ ਕਾਰਨ ਇਹ ਸੀ ਕਿ ਆਪਣੇ ਡਾਕਟਰ ਸਾਹਿਬ ਗੋਇਲ ਨੇ ਉਹਨਾਂ ਨੇ ਆਪਰੇਸ਼ਨ ਜਦੋਂ ਸ਼ੁਰੂ ਕਰਿਆ ਤਾਂ ਉਹਨਾਂ ਨੇ ਅੰਥੀਸੀਆ ਜ਼ਿਆਦਾ ਦੇਣ ਕਾਰਨ ਮੇਰੀ ਬੇਟੀ ਦੀ ਡੈਥ ਹੋਈ ਕਿਉਂਕਿ ਉਹਨਾਂ ਨੇ ਐਕਸਪਰਟ ਅੰਥੀਸੀਆ ਡਾਕਟਰ ਨੂੰ ਨਹੀਂ ਕਾਲ ਕਰੀ, ਉਹਨਾਂ ਨੇ ਆਪ ਹੀ ਦੇ ਤਾ। ਤੁਸੀਂ ਕਿਸੇ ਛੋਟੇ ਅਧਿਕਾਰੀ ਨਾਲ ਗੱਲ ਕਰੀ ਇਸ ਸੰਬੰਧ ਵਿੱਚ ਡਾਕਟਰਾਂ ਦੀ ਅਣਗਹਿਲੀ ਕਾਰਨ ਜਿਹੜਾ ਤੁਸੀਂ ਦੋਸ਼ ਲਗਾ ਰਹੇ ਹੋ, ਕੋਈ ਇਸ ਬਾਰੇ ਕੋਈ ਗੱਲਬਾਤ ਕਰੀ ਹੈ ਕਿਸੇ ਛੋਟੇ ਅਧਿਕਾਰੀ ਨਾਲ? ਨਹੀਂ, ਸਾਡੇ ਜੀ ਆਪਣੀ ਪੋਸਟਮਾਰਟਮ ਦੇ ਆਉਣਾ, ਫਿਰ ਸਾਨੂੰ ਪਤਾ ਲੱਗਣਾ ਜੀ ਉਸ ਚੀਜ਼ ਦਾ। ਜੇ ਆਪਾਂ ਗੱਲ ਕਰੀਏ ਲੜਕੀ ਦੀ, ਉਹ ਲੜਕੀ ਕਿੱਥੇ ਟ੍ਰੇਨਿੰਗ ਲੈ ਰਹੀ ਸੀ ਅਤੇ ਕਿੱਥੇ ਹੁਣ ਉਹਨਾਂ ਦਾ ਕੀ ਸੁਪਨਾ ਸੀ? ਮੇਰੀ ਸਰ ਬੇਟੀ ਨੈਸ਼ਨਲ ਆਪਣੇ ਕੈਂਡੀਡੇਟ ਸੀਗੀ ਆਪਣੀ NCC ਦੀ, ਅਤੇ ਉੱਥੇ ਬਹੁਤ ਮਦਰਾਸ ਗਈ, ਇੰਡੀਆ 'ਚ ਫਸਟ ਆਈ ਆਪਣੀ ਬੋਟ ਪੋਲਿੰਗ ਦੇ ਵਿੱਚ, ਅਤੇ ਬਹੁਤ ਹੀ ਡੈਡੀਕੇਟ ਕੁੜੀ ਸੀ ਮੇਰੀ। ਹਾਂਜੀ, ਜੇ ਆਪਾਂ ਗੱਲ ਕਰੀਏ ਲੜਕੀ ਦੀ, ਲੜਕੀ ਜਿਹੜਾ ਪਾਣੀ ਦਾ ਜੂਝ ਸੀ, ਬੜਾ ਔਖਾ ਹੁੰਦਾ ਪਾਣੀ ਦੇ ਨਾਲ ਲੜਨਾ, ਉਹ ਪਾਣੀ ਦੇ ਨਾਲ ਲੜ ਰਹੀ ਸੀ, ਤੁਹਾਨੂੰ ਕੀ ਲੱਗਦਾ ਕੋਈ ਤਾਂ ਉਹਨਾਂ ਦੀ ਖਵਾਹਿਸ਼ ਸੀ ਵੀ ਮੈਂ ਇਹ ਕੁਛ ਕਰਨਾ ਹੈ, ਮੈਂ ਇਹ ਕੁਛ ਬਣਨਾ ਹੈ? ਹਾਂਜੀ ਹਾਂਜੀ, ਉਹਦੀ ਇਹ ਖਵਾਹਿਸ਼ ਸੀ ਕਿ ਮੈਂ ਪਾਪਾ ਸਾਹਿਬ ਨੂੰ ਜ਼ਿਆਦਾ ਟੋਪਰ ਬਣਨਾ ਹੈ ਸਾਰੇ ਜ਼ਿਆਦਾ। ਤੁਸੀਂ ਕੀ ਹੁਣ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਵੱਲੋਂ, ਜਿਹੜਾ ਕਿੰਨਾ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਖਿਡਾਰੀਆਂ ਨੂੰ ਅਸੀਂ ਆਹ ਕੁਛ ਕਰਾਂਗੇ, ਉਹਨਾਂ ਦੀ ਹੈਲਪ ਕਰਾਂਗੇ, ਕਿ ਇਸ ਤਰ੍ਹਾਂ ਦਾ ਹੈ ਜਿਹੜਾ ਤੁਹਾਡੇ ਨਾਲ ਵਾਕਿਆ ਹੋਇਆ? ਸਾਨੂੰ ਜੀ ਹੈਲਪ ਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ, ਵੀ ਜਿਹੜੇ ਡਾਕਟਰ ਨੇ ਇਹ ਕਾਰਵਾਈ ਕਰੀ ਹੈ ਵੀ ਉਹਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ, ਹੋਰਾਂ ਦੀਆਂ ਬੇਟੀਆਂ ਬਚ ਜਾਣ। ਇਹ ਸਾਨੂੰ ਉਹਨਾਂ ਦੇ ਫਾਦਰ ਸਾਹਿਬ, ਉਹਨਾਂ ਦੀ ਮਾਤਾ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਜਿਹੜਾ ਮਾਤਾ ਦਾ ਰੋਲ ਹੁੰਦਾ ਸਭ ਤੋਂ ਵੱਡਾ ਰੋਲ ਹੁੰਦਾ ਕਿਉਂਕਿ ਜਿਹੜੀ ਇਹ ਧੀ ਆ ਉਹ ਮਾਤਾ ਦੇ ਨਾਲ ਜਿਹੜੀ ਆ ਦੁੱਖ ਸਾਂਝਾ ਕਰਦੀ ਆ, ਉਹ ਗੱਲਬਾਤ ਕਰਦੇ ਉਹਨਾਂ ਦੀ ਮਾਤਾ ਦੇ ਨਾਲ। ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਤੁਹਾਡੀ ਲੜਕੀ ਸੀ ਉਹ ਕਿਸ ਤਰ੍ਹਾਂ? ਸਾਨੂੰ ਨਾ ਇਨਸਾਨ ਮਿਲਿਆ ਜਾਵੇ, ਸਾਡੀ ਮੇਰੀ ਤਾਂ ਬੇਟੀ ਗਵਾਲੀ ਜੀ, ਉਹ ਨਾ ਕਿਸੇ ਦੀਆਂ ਬੇਟੀਆਂ ਜਾਣ ਜੀ, ਸਾਡੀ ਬੇਟੀ ਦੀ ਇਨਸਾਫ ਦਿੱਤਾ ਜਾਵੇ, ਜਿਹਨੇ ਆਪਰੇਸ਼ਨ ਕਰਿਆ ਉਹਨੂੰ ਸਜ਼ਾ ਦਿੱਤੀ ਜਾਵੇ ਜੀ। ਜਦੋਂ ਤੁਹਾਡੇ ਕੋਲ ਰਾਤ ਨੂੰ ਜਦੋਂ ਟ੍ਰੇਨਿੰਗ ਤੋਂ ਬਾਅਦ ਉਹਦੇ ਘਰ ਆਉਂਦੀ ਸੀ, ਤੁਹਾਨੂੰ ਕੁਛ ਕਹਿੰਦੀ ਸੀ ਮੈਂ ਇਹ ਕੁਛ ਕਰਨਾ ਹੈ, ਮੈਂ ਮੰਮੀ ਇਹ ਕੁਛ? ਖਵਾਹਿਸ਼ਾਂ ਸੀ ਜੀ ਉਹਦੀਆਂ, ਉਹ ਤਾਂ ਪੂਰੀਆਂ ਹੋਈਆਂ ਹੀ ਨਹੀਂ ਹੈਗੀਆਂ ਜੀ, ਸਾਨੂੰ ਕੁਛ ਇਨਸਾਫ ਦਵਾਇਆ ਜਾਵੇ ਸਾਨੂੰ। ਤੁਹਾਡੇ ਕੋਲ ਕੋਈ ਸਰਕਾਰਾਂ ਦਾ ਕੋਈ ਨੁਮਾਇੰਦਾ ਵਗੈਰਾ ਆਇਆ ਉਰੇ ਕੋਈ? ਨਹੀਂ ਜੀ, ਕੋਈ ਨਹੀਂ ਆਇਆ ਜੀ। ਇਹ ਸਨ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਲੜਕੀ ਆ ਉਹ ਬੜੇ ਵੀ ਆਪਣਾ ਨਾਮ ਰੋਸ਼ਨ ਕਰਨਾ ਚਾਹੁੰਦੀ ਸੀ, ਪਰਿਵਾਰ ਦਾ ਜਿਹੜਾ ਇੱਕ ਦੋਸ਼ ਹੈ ਇੱਕ ਡਾਕਟਰ ਦੇ ਉੱਪਰ ਲਗਾਇਆ ਜਾ ਰਿਹਾ। ਸੋ ਅਸੀਂ ਵੀ ਆਸ ਕਰਦੇ ਜਿਹੜੇ ਇਹੋ ਜਿਹੇ ਡਾਕਟਰ ਨੇ ਵੀ ਇਹਨਾਂ ਦੇ ਉੱਪਰ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਇਹੋ ਜਿਹੀਆਂ ਜਾਨਾਂ ਜਿਹੜੀਆਂ ਜੋਖਮ ਦੇ ਵਿੱਚ ਪਾ ਕੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਅਤੇ ਪਰਿਵਾਰ ਜਿਹੜਾ ਇੱਕ ਦੁੱਖ ਭੋਗਦਾ ਰਹਿ ਜਾਂਦਾ ਹੈ। ਕੈਮਰਾ ਪਰਸਨ ਕਮਲ ਦੁਆ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV।